ਕਸਾਣੀਆ ਤਹਿਸੀਲ ਆਦਮਪੁਰ ਜ਼ਿਲ੍ਹਾ ਜਲੰਧਰ ਅਤੇ ਮੈਂ ਅੱਜ ਸਵੇਰੇ ਨਿਊਜ਼ੀਲੈਂਡ ਐਮਰੇਟਸ ਦੀ ਫਲਾਈਟ ਦੇ ਵਿੱਚ ਦਿੱਲੀ ਏਅਰਪੋਰਟ 'ਤੇ ਪਹੁੰਚੀ ਹਾਂ ਮੈਂ ਜ਼ਿਆਦਾ ਸਮਾਂ ਨਹੀਂ ਲਊਂਗੀ ਕਿਉਂਕਿ ਹੌਸਲੇ ਬੁਲੰਦ ਆ ਅਤੇ ਬੁਲਾਰਿਆਂ ਦੀ ਜਿਹੜੀ ਕਤਾਰ ਆ ਉਹ ਬਹੁਤ ਲੰਬੀ ਆ ਅਤੇ ਹਰ ਬੰਦੇ ਨੂੰ ਜਿਹੜਾ ਇਹ ਮੌਕਾ ਮਿਲਣਾ ਚਾਹੀਦਾ ਆ ਇੱਥੇ ਬੋਲਣ ਦਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦੀ ਹਾਂ ਕਿ ਕੋਵਿਡ-19 ਦੇ ਟਾਈਮ ਦੇ ਵਿੱਚ ਮੈਨੂੰ ਇੱਥੇ ਹੋਣ ਦਾ ਜਿਹੜਾ ਕਿ ਇੱਕ ਮੌਕਾ ਮਿਲਿਆ ਆ ਅਤੇ ਜੇ ਆਪਾਂ ਗੱਲ ਕਰੀਏ ਪ੍ਰਵਾਸੀ ਪੰਜਾਬੀਆਂ ਦੀ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਇਸ ਟਾਈਮ 'ਤੇ ਬੈਠੇ ਹੋਏ ਆ ਸੋ ਜੇ ਉਹਨਾਂ ਦਾ ਵੱਸ ਚੱਲੇ ਮੈਨੂੰ ਲੱਗਦਾ ਕਿ ਜਿੰਨੇ ਦੇ ਜਿੰਨੇ ਉੱਥੇ ਬੈਠੇ ਹੋਏ ਸਾਰੇ ਅੱਜ ਇੱਥੇ ਹਾਜ਼ਰ ਹੋਣੇ ਸੀਗੇ ਅੱਜ ਜਦੋਂ ਟੈਕਸੀ ਦੇ ਵਿੱਚ ਏਅਰਪੋਰਟ ਤੋਂ ਵਾਪਸ ਆ ਰਹੇ ਸੀਗੇ ਇੱਥੇ ਤੱਕ ਸਿੰਘੂ ਬਾਰਡਰ ਦੇ ਬਾਹਰ ਉਹਨਾਂ ਨੇ ਸਾਨੂੰ ਲਾ ਦਿੱਤਾ ਅਤੇ ਉਹ ਦੱਸ ਰਹੇ ਸੀਗੇ ਉਹਨਾਂ ਦਾ ਨਾਂ ਸੱਦਾਮ ਹੁਸੈਨ ਜਿਹਨਾਂ ਦਾ ਨਾਂ ਸੀਗਾ ਆਪਣੇ ਮੁਸਲਮਾਨ ਭਾਈ ਸਾਹਿਬ ਸੀਗੇ ਅਤੇ ਉਹ ਦੱਸਦੇ ਸੀਗੇ ਕਿ ਉੱਤਰਾਖੰਡ ਤੋਂ ਉਹਨਾਂ ਨੇ ਆਪ ਜਿਹੜੀਆਂ ਗਿਣੀਆਂ ਆ 100 ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਆ ਉਹ ਇਸ ਮੋਰਚੇ ਦਾ ਹਿੱਸਾ ਹੋਣ ਦੇ ਲਈ ਜਿਹੜੀਆਂ ਰਵਾਨਾ ਹੋ ਚੁੱਕੀਆਂ ਆ ਇਹ ਜਿਹੜਾ ਮੋਰਚਾ ਸੀਗਾ ਜਿਹੜਾ ਸੰਘਰਸ਼ ਸੀਗਾ ਹੁਣ ਇੱਕ ਜਿਹੜਾ ਕ੍ਰਾਂਤੀ ਦਾ ਰੂਪ ਜਿਹੜਾ ਲੈ ਚੁੱਕਿਆ ਆ ਇਹ ਗੱਲ ਪੰਜਾਬ ਦੀ ਨਹੀਂ ਰਹੀ ਹੈਗੀ ਇਹ ਬਾਕੀ ਸਟੇਟਸ ਦੇ ਜਿਹੜੇ ਲੋਕ ਸਾਡੇ ਨਾਲ ਜੁੜ ਚੁੱਕੇ ਨੇ ਇਸ ਕ੍ਰਾਂਤੀ ਦੀ ਸ਼ੁਰੂਆਤ ਜਿਹੜੀ ਉਹ ਪੰਜਾਬ ਦੇ ਵਿੱਚ ਹੋਈ ਆ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਜਿਹੜੀ ਹਿਸਟਰੀ ਆ ਉਹ ਬਣ ਗਈ ਆ ਅਤੇ ਬਣਨ ਜਾ ਰਹੀ ਆ ਐਜ਼ ਐਨ ਆਊਟਸਾਈਡਰ ਕਿਉਂਕਿ ਉੱਥੇ ਰਹਿੰਦੇ ਸਾਡੇ ਅੱਖਾਂ ਦੇ ਸਾਹਮਣੇ ਯੂਟਿਊਬ ਦੇ ਥਰੂ ਮੀਡੀਆ ਦੇ ਥਰੂ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਸਾਨੂੰ ਆਉਂਦੀਆਂ ਆ ਸੋ ਜਦੋਂ ਤੁਸੀਂ ਕਿਸੇ ਤੋਂ ਕੋਈ ਵੱਖਰਾ ਓਪੀਨੀਅਨ ਲੈਣਾ ਹੋਵੇ ਤੁਸੀਂ ਉਹਦੇ ਨਾਲ ਗੱਲ ਕਰਦੇ ਕਿ ਫਰੈਸ਼ ਆਈਜ਼ ਜਾਂ ਫਿਰ ਐਜ਼ ਐਨ ਆਊਟਸਾਈਡਰ ਤੁਸੀਂ ਆਪਣਾ ਜਿਹੜਾ ਓਪੀਨੀਅਨ ਹੈ ਉਹ ਦਿੰਦੇ ਆ ਸੋ ਖਿਮਾ ਦੀ ਜਾ ਚੁੱਕੇ ਥੋੜ੍ਹੇ ਜਿਹੇ ਜਿਹੜੇ ਸੁਨੇਹੇ ਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੀ ਹਾਂ ਪਹਿਲੀ ਜਿਹੜੀ ਮੇਰੇ ਮਨ ਦੇ ਵਿੱਚ ਇਹ ਗੱਲ ਸੀਗੀ ਕਿ ਜਿੰਨਾ ਕੁ ਮੈਂ ਪੜ੍ਹਿਆ ਸੋ ਮੇਰੇ ਕੋਲ ਬਿੱਲ ਦੀ ਕਾਪੀ ਜਿਹੜੀ ਆ ਕੁਛ ਕੁ ਪੰਨੇ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਫੁੱਲ ਕਾਪੀ ਨਹੀਂ ਹੈਗੀ ਪਰ ਮੈਂ ਇਹ ਬਿੱਲ ਪੜ੍ਹਦੀ ਆਈ ਹਾਂ ਸੋ ਮੇਰੀ ਯੂਥ ਨੂੰ ਜਿਹੜੀ ਆ ਉਹ ਇਹ ਅਪੀਲ ਆ ਕਿ ਤੁਸੀਂ ਪੜ੍ਹ ਸਕਦੇ ਆ ਬਿੱਲ ਪੜ੍ਹੋ ਕਿਉਂਕਿ ਆਪਾਂ ਇਸ ਬਿੱਲ ਨੂੰ ਜਿਹੜਾ ਆ ਉਹ ਚੈਲੰਜ ਕਰ ਰਹੇ ਹਾਂ ਸੋ ਜਿਹੜਾ ਸਰਕਾਰਾਂ ਦਾ ਇਸ ਟਾਈਮ 'ਤੇ ਵਹਿਮ ਆ ਕਿ ਸਾਨੂੰ ਵਹਿਮ ਆ ਕਿ ਕਿਸਾਨਾਂ ਨੂੰ ਵਹਿਮ ਆ ਕਿ ਇਹ ਬਿੱਲ ਜਿਹੜਾ ਆ ਉਹਨਾਂ ਦੇ ਨੁਕਸਾਨ ਦੇ ਵਿੱਚ ਆ ਤੁਸੀਂ ਉਸ ਵਹਿਮ ਨੂੰ ਦੂਰ ਕਰੋ ਦੂਰ ਕਰੋ ਇਹਨੂੰ ਪੜ੍ਹ ਕੇ ਉਹ ਤੁਹਾਨੂੰ ਕੋਈ ਕੁਐਸਚਨ ਪੁੱਛਣ ਤੁਹਾਡੇ ਕੋਲ ਉਸ ਚੀਜ਼ ਦਾ ਜਵਾਬ ਹੋਵੇ ਕਿ ਇਹਦੇ ਵਿੱਚ ਇਹ ਲਿਖਿਆ ਆ ਤੁਸੀਂ ਉਹਨਾਂ ਨੂੰ ਅੱਗੇ ਸਵਾਲ ਕਰੋ ਸੋ ਉਹਨਾਂ ਦੇ ਵਹਿਮ ਨੂੰ ਜਿਹੜਾ ਆ ਉਹ ਦੂਰ ਕਰਨ ਦੀ ਜ਼ਿੰਮੇਵਾਰੀ ਸਾਡੀ ਜਿਹੜੀ ਹੈਗੀ ਉਹ ਇਸ ਚੀਜ਼ ਨੂੰ ਪੜ੍ਹ ਕੇ ਆ ਸੋ ਇਹਨੂੰ ਪੜ੍ਹੋ ਤੁਸੀਂ ਜਿਹੜੀ ਦੂਜੀ ਗੱਲ ਆ ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਸ ਬਿੱਲ ਦੇ ਵਿੱਚ ਜਿਹੜਾ ਬੈਕਗ੍ਰਾਊਂਡ ਲਿਖਿਆ ਹੋਇਆ ਆ ਉਹ ਇਹ ਲਿਖਿਆ ਹੋਇਆ ਆ ਕਿ ਇਸ ਬਿੱਲਾਂ ਨੂੰ ਆਰਡੀਨੈਂਸ ਜਿਹੜਾ ਆ ਉਹ ਇਸ ਕਰਕੇ ਲੈ ਕੇ ਆਉਂਦਾ ਗਿਆ ਕਿਉਂਕਿ ਕਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਜਿਹੜੇ ਕਿਸਾਨ ਆ ਜਿਹੜਾ ਐਗਰੀਕਲਚਰ ਇੰਡਸਟਰੀ ਆ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਉਹ ਬਹੁਤ ਵੱਡਾ ਚੈਲੰਜ ਹੋਇਆ ਅਤੇ ਉਹਨਾਂ ਨੂੰ ਖਾਣ ਪੀਣ ਦੇ ਜਿਹੜੇ ਆ ਉਹ ਪ੍ਰੋਬਲਮ ਉਹਨਾਂ ਦੇ ਲਾਲੇ ਪੈ ਗਏ ਸੋ ਇਹ ਗੱਲ ਕਿੰਨੀ ਕੁ ਸੱਚ ਆ ਬਿਲਕੁਲ ਸੱਚ ਨਹੀਂ ਹੈਗੀ ਸੋ ਤੁਸੀਂ ਜਦ ਤੱਕ ਇਹ ਚੀਜ਼ ਪੜ੍ਹਦੇ ਨਹੀਂ ਹੈਗੇ ਤੁਸੀਂ ਇਹ ਚੀਜ਼ ਨੂੰ ਕਹਿ ਨਹੀਂ ਸਕਦੇ ਚੈਲੰਜ ਨਹੀਂ ਕਰ ਸਕਦੇ ਹੈਗੇ ਦੂਜੀ ਗੱਲ ਇਹ ਕਿ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਅਸੀਂ ਉੱਥੇ ਬੈਠੇ ਬਹੁਤ ਕੁਛ ਦੇਖਦੇ ਹਾਂ ਯੂਟਿਊਬ ਦੇ ਉੱਤੇ ਮੀਡੀਆ ਚੈਨਲਸ ਦੇ ਉੱਤੇ ਅਤੇ ਸਾਨੂੰ ਸਾਡੀ ਤੁਹਾਨੂੰ ਇਹ ਬੇਨਤੀ ਆ ਕਿ ਇਸ ਕਿਸਾਨੀ ਅੰਦੋਲਨ ਨੂੰ ਸਿਰਫ ਕਿਸਾਨੀ ਅੰਦੋਲਨ ਹੀ ਰਹਿਣ ਦਿਉ ਇਹਨੂੰ ਪੋਲੀਟੀਕਲ ਜਿਹੜਾ ਆ ਤੁਸੀਂ ਉਹ ਪੱਖ ਨਾ ਰਹਿਣ ਦੇਣ ਦੀ ਕੋਸ਼ਿਸ਼ ਕਰੋ ਉਹ ਮੋੜ ਨਾ ਦੇਣ ਦੀ ਕੋਸ਼ਿਸ਼ ਕਰੋ ਅਤੇ ਬਾਕੀ ਜਿਹੜੇ ਬੁਲਾਰੇ ਵੀ ਆ ਜਿੰਨੀਆਂ ਵੀ ਇੱਥੇ ਪਰਸਨੈਲਿਟੀਜ਼ ਅਤੇ ਸੈਲੈਬ੍ਰਿਟੀਜ਼ ਪਹੁੰਚੀਆਂ ਆ ਅਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਇਹ ਬੇਨਤੀ ਆ ਕਿ ਜਦੋਂ ਤੁਹਾਨੂੰ ਕੋਈ ਮੀਡੀਆ ਵੱਲੋਂ ਇੱਦਾਂ ਦਾ ਕੁਐਸਚਨ ਆਉਂਦਾ ਆ ਅਤੇ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਇਹ ਸਹੀ ਟਾਈਮ ਨਹੀਂ ਹੈਗਾ ਇਹ ਕਿਸਾਨੀ ਅੰਦੋਲਨ ਆ ਅਤੇ ਅਸੀਂ ਇੱਥੇ ਪੋਲੀਟਿਕਸ ਕਰਨ ਨਹੀਂ ਆਏ ਹੈਗੇ ਅਤੇ ਆਖਰੀ ਚੀਜ਼ ਇਹ ਆ ਕਿ ਹੁਣ ਸਾਡੇ ਨਾਲ
ਬਹੁਤ ਹੀ ਸਾਰੀਆਂ ਸਟੇਟਸ ਦੀਆਂ ਜਿੱਦਾਂ ਕਿ ਮੈਂ ਗੱਲ ਕਰਦੀ ਸੀ ਕਿ ਉੱਤਰਾਖੰਡ ਤੋਂ ਵੀ ਜਿਹੜੇ ਟਰੈਕਟਰ ਟਰਾਲੀਆਂ ਉਹ ਆ ਰਹੇ ਆ ਸੋ ਬਹੁਤ ਸਾਰੀਆਂ ਸਟੇਟਸ ਅਤੇ ਬਹੁਤ ਸਾਰੇ ਧਰਮਾਂ ਦੇ ਜਿਹੜੇ ਲੋਕ ਸਾਡੇ ਨਾਲ ਇਸ ਅੰਦੋਲਨ ਦੇ ਵਿੱਚ ਜੁੜੇ ਆ ਸੋ ਆਪਾਂ ਕੋਸ਼ਿਸ਼ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਯੂਟਿਊਬ ਦੇ ਉੱਤੇ ਮੀਡੀਆ ਚੈਨਲਸ ਦੇ ਉੱਤੇ ਕਸੀ ਅਧੀ ਕਸੀ ਧਰਮ ਨੂੰ ਲੈ ਕੇ ਕਦੀ ਇੱਦਾਂ ਦੀ ਕੋਈ ਭੜਕਾਊ ਚੀਜ਼ ਨਾ ਰਹੀਏ ਅਸੀਂ ਸਾਰੇ ਰਿਲੀਜਨਸ ਨੂੰ ਜਿਹੜਾ ਆ ਉਹ ਰਿਸਪੈਕਟ ਕਰੀਏ ਇਹ ਕਿਸਾਨੀ ਅੰਦੋਲਨ ਆ ਸੋ ਆਓ ਆਪਾਂ ਇਸ ਚੀਜ਼ ਦੇ ਨਾਲ ਮੈਂ ਖਿਮਾਂ ਦੀ ਜਾ ਚੱਕਿਆ ਅਤੇ ਗੱਜ ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।